ਹਾਂਜੀ ਵੈਲਕਮ ਐਵਰੀਵਨ। ਤੇ ਹਾਂਜੀ ਆਪਾਂ ਕਰ ਰਹੇ ਹਾਂ ਮੈਥਡਸ ਆਫ ਕੈਲਕੂਲੇਟਿੰਗ ਨੈਸ਼ਨਲ ਇਨਕਮ। ਤੇ ਜਿਹੜੀ ਆਪਾਂ ਨੇ ਪ੍ਰੀਵੀਅਸ ਵੀਡੀਓ ਬਣਾਈਆਂ ਸੀ ਦੋਸਤ ਦੇ ਵਿੱਚ ਆਪਾਂ ਨੇ ਗੱਲ ਕਰੀ ਸੀ ਪ੍ਰੋਡਕਟ ਮੈਥਡ ਦੀ, ਜਿਸ ਨੂੰ ਆਪਾਂ ਵੈਲਿਊ ਐਡਡ ਮੈਥਡ ਵੀ ਕਹਿੰਦੇ ਹਾਂ, ਉਸ ਦੇ ਆਪਾਂ ਨਮੈਰੀਕਲ ਕਰੇ ਸੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਵੀ ਇਨਕਮ ਮੈਥਡ ਦੇ ਥਰੂ ਆਪਾਂ ਕਿਸ ਤਰੀਕੇ ਨਾਲ ਜਿਹੜੀ ਆਪਣੀ ਨੈਸ਼ਨਲ ਇਨਕਮ ਉਹ ਕੈਲਕੂਲੇਟ ਕਰ ਸਕਦੇ ਹਾਂ। ਤਾਂ ਉਹ ਦੇਖਦੇ ਹਾਂ ਆਪਾਂ ਪਹਿਲਾਂ ਕੰਪੋਨੈਂਟ ਕੀ ਨੇ ਜੇ ਆਪਣੇ ਇਨਕਮ ਮੈਥਡ ਆ। ਤਾਂ ਦੇਖੋ ਜੀ, ਪਹਿਲਾ ਮੇਨ ਕੰਪੋਨੈਂਟ ਆ ਕੰਪਨਸੇਸ਼ਨ ਆਫ ਇੰਪਲਾਈਜ਼। ਤਾਂ ਕੰਪਨਸੇਸ਼ਨ ਆਫ ਇੰਪਲਾਈਜ਼ ਦੇ ਮੇਨ ਕਿਹੜੇ ਕੰਪੋਨੈਂਟ ਨੇ? ਚਾਰ, ਵੇਜਸ ਐਂਡ ਸੈਲਰੀ, ਪੇਮੈਂਟ ਇਨ ਕਾਈਂਡ ਜੋ ਵੀ ਇੰਪਲਾਇਰ ਦੁਆਰਾ ਕੰਟਰੀਬਿਊਸ਼ਨ ਕੀਤਾ ਜਾ ਰਿਹਾ ਇਨ ਸੋਸ਼ਲ ਸਿਕਿਉਰਿਟੀ, ਐਂਡ ਪੈਨਸ਼ਨ ਰਿਟਾਇਰਮੈਂਟ। ਜੋ ਪੈਨਸ਼ਨ ਰਿਟਾਇਰਮੈਂਟ ਆ ਉਹ ਪਾਰਟ ਆ ਜੀ ਆਪਣਾ ਕੰਪਨਸੇਸ਼ਨ ਆਫ ਇੰਪਲਾਈਜ਼ ਦਾ। ਇੱਕ ਹੁੰਦੀ ਹੈ ਜੋ ਓਲਡ ਏਜ ਪੈਨਸ਼ਨ ਹੁੰਦੀ ਆ, ਓਲਡ ਏਜ ਪੈਨਸ਼ਨ ਆਪਣੀ ਟ੍ਰਾਂਸਫਰ ਇਨਕਮ ਹੁੰਦੀ ਆ। ਤਾਂ ਧਿਆਨ ਦੇਣਾ ਜੀ, ਕੰਪਨਸੇਸ਼ਨ ਆਫ ਇੰਪਲਾਈਜ਼ ਦੇ ਵਿੱਚ ਆਪਣੀ ਮੇਨ ਚਾਰ ਕੰਪੋਨੈਂਟ ਆਉਂਦੇ ਨੇ, ਜਿਨ੍ਹਾਂ ਨੂੰ ਮਿਲਾ ਕੇ ਕੀ ਬਣਦਾ? ਕੰਪਨਸੇਸ਼ਨ ਆਫ ਇੰਪਲਾਈਜ਼ ਬਣਦਾ। ਤਾਂ ਹੁਣ ਨਮੈਰੀਕਲ ਦੇ ਵਿੱਚ ਆਪਣੇ ਟ੍ਰੀਟਮੈਂਟ ਇਸ ਦਾ ਕਿਵੇਂ ਕਰਨਾ? ਜੇ ਤਾਂ ਆਪਾਂ ਨੂੰ ਕੰਪਨਸੇਸ਼ਨ ਆਫ ਇੰਪਲਾਈਜ਼ ਗਿਵਨ ਹੋਊਗਾ, ਠੀਕ ਆ ਜੀ, ਤਾਂ ਆਪਾਂ ਨੂੰ ਆ ਜਿਹੜੇ ਚਾਰੇ ਦੇ ਕੰਪੋਨੈਂਟ ਨੇ ਉਹ ਦੇਖਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਕੰਪਨਸੇਸ਼ਨ ਆਫ ਇੰਪਲਾਈਜ਼ ਇਹਨਾਂ ਚਾਰਾਂ ਨੂੰ ਮਿਲਾ ਕੇ ਬਣਦਾ। ਜੇ ਕੰਪਨਸੇਸ਼ਨ ਆਫ ਇੰਪਲਾਈ ਨਮੈਰੀਕਲ ਦੇ ਵਿੱਚ ਗਿਵਨ ਨਹੀਂ ਹੋਊਗਾ, ਜੋ ਆਪਾਂ ਨੂੰ ਜੇ ਚਾਰੋਂ ਕੰਪੋਨੈਂਟ ਦਿੱਤੇ ਹੋਏ ਤਾਂ ਚਾਰੋਂ ਐਡ ਕਰਾਂਗੇ, ਜਾਂ ਦੋ ਦਿੱਤੇ ਹੋਏ ਨੇ ਜਿੰਨੇ ਵੀ ਦਿੱਤੇ ਹੋਣਗੇ ਇਹਦੇ ਵਿੱਚੋਂ ਉਹ ਆਪਾਂ ਕੀ ਕਰਾਂਗੇ ਜੀ, ਐਡ ਕਰਾਂਗੇ। ਉਸ ਤੋਂ ਬਾਅਦ ਆ ਗਿਆ ਜੀ ਓਪਰੇਟਿੰਗ ਸਰਪਲਸ। ਓਪਰੇਟਿੰਗ ਸਰਪਲਸ ਉਹ ਇਨਕਮ ਹੁੰਦੀ ਆ ਜਿਹੜੀ ਆਪਾਂ ਰਿਸੀਵ ਕਰਦੇ ਹਾਂ ਪ੍ਰੋਪਰਟੀ ਤੋਂ ਐਂਡ ਐਂਟਰਪ੍ਰੀਨਿਓਰਸ਼ਿਪ ਤੋਂ। ਤੇ ਇਹਦੇ ਵਿੱਚ ਕੀ ਆ ਜਾਂਦਾ ਵਾ? ਰੈਂਟ, ਇੰਟਰਸਟ, ਪ੍ਰੋਫਿਟ ਐਂਡ ਰਾਇਲਟੀ। ਇਹਨਾਂ ਚਾਰਾਂ ਨੂੰ ਮਿਲਾ ਕੇ ਕੀ ਬਣਦਾ? ਓਪਰੇਟਿੰਗ ਸਰਪਲਸ ਬਣਦਾ। ਤਾਂ ਹੁਣ ਧਿਆਨ ਦੇਣਾ ਵੀ ਜੇ ਓਪਰੇਟਿੰਗ ਸਰਪਲਸ ਗਿਵਨ ਆ, ਜੇ ਆਪਾਂ ਨੂੰ ਰੈਂਟ ਤੇ ਇੰਟਰਸਟ ਵੀ ਗਿਵਨ ਆ, ਤਾਂ ਆਪਾਂ ਨੇ ਕੀ ਕੰਸੀਡਰ ਕਰਨਾ ਵਾ? ਓਪਰੇਟਿੰਗ ਸਰਪਲਸ ਹੀ ਕੰਸੀਡਰ ਕਰਨਾ। ਜੇ ਓਪਰੇਟਿੰਗ ਸਰਪਲਸ ਗਿਵਨ ਨਹੀਂ ਹੁੰਦਾ ਨਮੈਰੀਕਲ 'ਚ, ਫਿਰ ਆਪਣੇ ਜਿਹੜੇ ਚਾਰੋਂ ਕੰਪੋਨੈਂਟ ਨੇ ਇਹ ਕੰਸੀਡਰ ਕੀਤੇ ਜਾਣਗੇ, ਜਾਂ ਇਹਨਾਂ ਦੇ ਵਿੱਚੋਂ ਤਿੰਨ ਗਿਵਨ ਨੇ ਜਾਂ ਦੋ ਗਿਵਨ ਨੇ, ਤਾਂ ਉਹ ਆਪਾਂ ਕੀ ਕਰਾਂਗੇ? ਕੰਸੀਡਰ ਕਰਾਂਗੇ। ਹੁਣ ਉਸ ਤੋਂ ਬਾਅਦ ਜਿਹੜਾ ਆਪਣਾ ਪ੍ਰੋਫਿਟ ਆ, ਇਸ ਦੇ ਵੀ ਮੇਨ ਕੀ ਹੈ ਜੀ? ਤਿੰਨ ਕੰਪੋਨੈਂਟ ਨੇ। ਇੱਕ ਹੁੰਦਾ ਜੀ ਆਪਣਾ ਡਿਵੀਡੈਂਡ, ਠੀਕ ਹੈ ਜੀ, ਇੱਕ ਡਿਵੀਡੈਂਡ ਹੋ ਗਿਆ, ਦੂਸਰਾ ਹੋ ਗਿਆ ਕਾਰਪੋਰੇਟ ਟੈਕਸ। ਕਾਰਪੋਰੇਟ ਟੈਕਸ ਮਤਲਬ ਕਈ ਵਾਰ ਇਹਦੇ ਲਿਖਿਆ ਹੁੰਦਾ ਵਾ ਕਾਰਪੋਰੇਸ਼ਨ ਪ੍ਰੋਫਿਟ ਟੈਕਸ। ਤੀਸਰਾ ਹੁੰਦਾ ਵਾ ਅਨਡਿਸਟ੍ਰੀਬਿਊਟਡ ਪ੍ਰੋਫਿਟ, ਅਨਡਿਸਟ੍ਰੀਬਿਊਟਡ ਪ੍ਰੋਫਿਟ। ਤਾਂ ਹੁਣ ਅਮੈਰੀਕਾ 'ਚ ਧਿਆਨ ਦੇਣਾ ਜੀ, ਜੇ ਆਪਾਂ ਨੂੰ ਮੰਨ ਲਓ ਓਪਰੇਟਿੰਗ ਸਰਪਲਸ ਗਿਵਨ ਨਹੀਂ ਹੈਗਾ, ਰੈਂਟ ਗਿਵਨਾ, ਇੰਟਰਸਟ ਗਿਵਨਾ, ਰੋਇਲਟੀ ਗਿਵਨਾ, ਬਟ ਪ੍ਰੋਫਿਟ ਗਿਵਨ ਨਹੀਂ ਹੈਗਾ, ਇਹਨਾਂ ਦੇ ਵਿੱਚੋਂ ਕੋਈ ਇੱਕ ਦੋ ਕੰਪੋਨੈਂਟ ਗਿਵਨ ਨੇ, ਤਾਂ ਉਹ ਆਪਾਂ ਇਨਕਲੂਡ ਕਰਾਂਗੇ, ਕਿਉਂਕਿ ਪ੍ਰੋਫਿਟ ਇਹਦੇ ਵਿੱਚ ਇਨਕਲੂਡ ਨਹੀਂ ਹੋਇਆ ਹੋਇਆ। ਜੇ ਪ੍ਰੋਫਿਟ ਗਿਵਨ ਆ, ਰੈਂਟ, ਇੰਟਰਸਟ, ਰੋਇਲਟੀ ਦੇ ਪ੍ਰੋਫਿਟ ਗਿਵਨ ਆ, ਇਹਨਾਂ ਦੇ ਵਿੱਚੋਂ ਕੋਈ ਵੀ ਕੰਪੋਨੈਂਟ ਗਿਵਨ ਆ, ਤਾਂ ਆਪਾਂ ਨੇ ਕੰਸੀਡਰ ਨਹੀਂ ਕਰਨੇ, ਤਾਂ ਆਪਣੇ ਚਾਰੋਂ ਕੰਪੋਨੈਂਟ ਕੰਸੀਡਰ ਹੋਣਗੇ ਜਦੋਂ ਓਪਰੇਟਿੰਗ ਸਰਪਲਸ ਆਪਾਂ ਨੂੰ ਫੁੱਲ ਫਲੈਜ ਨਹੀਂ ਦਿੱਤਾ ਹੋਊਗਾ। ਜੇ ਓਪਰੇਟਿੰਗ ਸਰਪਲਸ ਦੀ ਵੈਲਿਊ ਦਿੱਤੀ ਹੋਈ ਆ, ਨਾਲ ਰੈਂਟ ਵੀ ਗਿਵਨ ਆ ਜਾਂ ਇੰਟਰਸਟ ਗਿਵਨ ਆ, ਫਿਰ ਆਪਾਂ ਨੇ ਸਿਰਫ ਓਪਰੇਟਿੰਗ ਸਰਪਲਸ ਦੀ ਵੈਲਿਊ ਕੀ ਆ ਲੈ ਲੈਣੀ ਆ। ਉਸ ਤੋਂ ਬਾਅਦ ਆ ਗਿਆ ਜੀ ਮਿਕਸਡ ਇਨਕਮ। ਮਿਕਸਡ ਇਨਕਮ ਕਿਹੜੀ ਹੁੰਦੀ ਆ? ਜੋ ਆਪਣੀ ਇਨਕਮ ਆ, ਕਹਿਣ ਦਾ ਮਤਲਬ ਜਿਹੜੇ ਸੈਲਫ ਇੰਪਲਾਇਡ ਪਰਸਨ ਨੇ, ਉਹ ਆਪਦੀ ਹੀ ਲੈਂਡ, ਆਪਦੀ ਹੀ ਕੈਪੀਟਲ, ਉਹਨਾਂ ਤੋਂ ਜੋ ਉਹਨੂੰ ਇਨਕਮ ਹੁੰਦੀ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਮਿਕਸਡ ਇਨਕਮ ਕਹਿੰਦੇ ਆ। ਤਾਂ ਹੁਣ ਜੋ ਆਪਣੇ ਕੰਪੋਨੈਂਟ ਨੇ ਕੰਪਨਸੇਸ਼ਨ ਆਫ ਇੰਪਲਾਈਜ਼, ਓਪਰੇਟਿੰਗ ਸਰਪਲਸ ਪਲੱਸ ਮਿਕਸਡ ਇਨਕਮ, ਜਦੋਂ ਆਪਾਂ ਇਹਨਾਂ ਨੂੰ ਐਡ ਕਰ ਦਈਏ ਤਾਂ ਆਪਣੇ ਕੋਲ ਕੀ ਆ ਜਾਂਦਾ ਵਾ? ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕੋਸਟ, ਜਿਸ ਨੂੰ ਆਪਾਂ ਹੋਰ ਕੀ ਕਹਿੰਦੇ ਆ ਜੀ? ਡੋਮੈਸਟਿਕ ਇਨਕਮ ਵੀ ਕਹਿੰਦੇ ਆ। ਕੀ ਕਹਿੰਦੇ ਆ ਇਸ ਨੂੰ ਆਪਾਂ? ਡੋਮੈਸਟਿਕ ਇਨਕਮ ਵੀ ਕਹਿੰਦੇ ਆ। ਹੁਣ ਦੇਖਾਂਗੇ ਵੀ ਆਪਾਂ ਜਿਹੜੀ ਡੋਮੈਸਟਿਕ ਇਨਕਮ ਨੂੰ ਆਪਾਂ ਕਿਵੇਂ ਨੈਸ਼ਨਲ ਇਨਕਮ ਦੇ ਵਿੱਚ ਕਨਵਰਟ ਕਰਦੇ ਹਾਂ। ਹੁਣ ਨੈਸ਼ਨਲ ਇਨਕਮ ਨੂੰ ਆਪਾਂ ਕਿਵੇਂ ਲਿਖਦੇ ਹਾਂ ਜੀ? ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕੋਸਟ, ਬਟ ਆਪਣੇ ਕੋਲ ਗਿਵਨ ਕੀ ਹੈ? ਡੋਮੈਸਟਿਕ ਇਨਕਮ ਮਤਲਬ NDP ਐਟ FC।
ਤਾਂ ਹੁਣ ਦੇਖੋ ਜੀ ਆਪਾਂ ਨੇ ਜਾਣਾ ਵਾ ਨੈਟ 'ਚ ਆਪਣਾ ਕਨਸੈਪਟ ਸੇਮ ਆ, ਡੋਮੈਸਟਿਕ ਤੋਂ ਕਿਤੇ ਜਾਣਾ ਆਪਾਂ ਨੇ ਨੈਸ਼ਨਲ 'ਤੇ, ਫੈਕਟਰ ਕੋਸਟ ਇੱਥੇ ਆਪਣੀ ਸੇਮ ਆ, ਤਾਂ ਡੋਮੈਸਟਿਕ ਇਨਕਮ ਦੇ ਵਿੱਚ ਆਪਾਂ ਕੀ ਐਡ ਕਰ ਦਾਂਗੇ, ਨੈਟ ਫੈਕਟਰ ਇਨਕਮ ਫਰੋਮ ਅਬਰੋਡ ਐਡ ਕਰ ਦਾਂਗੇ, ਤਾਂ ਆਪਣੇ ਕੋਲ ਕੀ ਆ ਜੂਗਾ ਜੀ, ਨੈਸ਼ਨਲ ਇਨਕਮ ਆ ਜੂਗੀ। ਆਪਾਂ ਨੇ ਕੈਲਕੂਲੇਟ ਕਰਨੀ ਆ ਨੈਸ਼ਨਲ ਇਨਕਮ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕੋਸਟ, ਅਤੇ ਕੰਪਨਸੇਸ਼ਨ ਆਫ ਇੰਪਲਾਈਜ਼ ਗਿਵਨ ਆ, ਰੈਂਟ ਵੇਜਸ ਐਂਡ ਸੈਲਰੀ ਆਪਾਂ ਨੂੰ ਗਿਵਨ ਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਵੀ ਜਿਹੜੇ ਆਪਣੇ ਮੇਨ ਕੰਪੋਨੈਂਟ ਨੇ ਕਿਸਦੇ ਨੇ, ਇਨਕਮ ਮੈਥਡ ਦੇ। ਹੁਣ ਇਸ ਦੇ ਥਰੂ ਆਪਾਂ ਦੇਖਦੇ ਹਾਂ ਜੀ ਵੀ ਕਿਸ ਤਰੀਕੇ ਨਾਲ ਆਪਾਂ ਨੇ ਜਿਹੜੀ ਨੈਸ਼ਨਲ ਇਨਕਮ ਉਹ ਕੈਲਕੂਲੇਟ ਕਰਨੀ ਆ। ਤਾਂ ਪਹਿਲਾਂ ਦੇਖੋ ਵੀ ਹੁਣ ਇਨਕਮ ਮੈਥਡ ਜੋ ਆਪਾਂ ਨੇ ਕਰਿਆ ਉਹਦੇ ਮੇਨ ਕੰਪੋਨੈਂਟ ਕੀ ਨੇ। ਪਹਿਲਾਂ ਹੈਗਾ ਜੀ ਕੰਪਨਸੇਸ਼ਨ ਆਫ ਇੰਪਲਾਈਜ਼, ਪਲੱਸ ਫਿਰ ਆਪਾਂ ਨੇ ਗੱਲ ਕਰੀ ਸੀ ਓਪਰੇਟਿੰਗ ਸਰਪਲੱਸ ਦੀ, ਠੀਕ ਹੈ ਜੀ। ਫਿਰ ਆਪਾਂ ਨੇ ਗੱਲ ਕਰੀ ਸੀ ਪਲੱਸ ਮਿਕਸਡ ਇਨਕਮ ਦੀ, ਇਹ ਮੇਨ ਕੰਪੋਨੈਂਟ ਨੇ ਕੀ ਦੇ, ਇਨਕਮ ਮੈਥਡ ਦੇ। ਤਾਂ ਹੁਣ ਦੇਖੋ ਕੰਪਨਸੇਸ਼ਨ ਆਫ ਇੰਪਲਾਈਜ਼ ਕਿੰਨਾ ਵਾ ਆਪਣੇ ਕੋਲ, 800। ਹੁਣ ਧਿਆਨ ਦੇਣਾ ਜੀ ਕੰਪਨਸੇਸ਼ਨ ਆਫ ਇੰਪਲਾਈਜ਼ ਵੀ ਗਿਵਨ ਆ, ਨਾਲ ਆਪਾਂ ਨੂੰ ਵੇਜਸ ਐਂਡ ਸੈਲਰੀ ਵੀ ਗਿਵਨ ਆ। ਤਾਂ ਹੁਣ ਦੇਖੋ ਜਦੋਂ ਆਪਾਂ ਨੂੰ ਕੰਪਨਸੇਸ਼ਨ ਆਫ ਇੰਪਲਾਈਜ਼ ਹੀ ਦੇਤਾ, ਇਸ ਦੇ ਵਿੱਚ ਵੇਜਸ ਐਂਡ ਸੈਲਰੀ ਵੀ ਇਨਕਲੂਡ ਆ, ਹੁਣ ਆਪਾਂ ਨੂੰ ਅਲੱਗ ਤੋਂ ਵੇਜਸ ਐਂਡ ਜਿਹੜਾ ਸੈਲਰੀ ਆ ਉਹ ਐਡ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਕੰਪਨਸੇਸ਼ਨ ਆਫ ਇੰਪਲਾਈਜ਼ ਕਿੰਨਾ ਦੇਤਾ ਆਪਾਂ ਨੂੰ, 800 ਪਲੱਸ। ਹੁਣ ਓਪਰੇਟਿੰਗ ਸਰਪਲੱਸ ਦੇ ਵਿੱਚ ਕੀ ਪੜਿਆ ਸੀ, ਰੈਂਟ ਇੰਟਰਸਟ ਪ੍ਰੋਫਿਟ ਐਂਡ ਰਿਵਾਲਟੀ। ਹੁਣ ਦੇਖੋ ਓਪਰੇਟਿੰਗ ਸਰਪਲੱਸ ਡਾਇਰੈਕਟ ਕਿਤੇ ਆਪਾਂ ਨੂੰ ਨਹੀਂ ਗਿਵਨ ਹੈਗਾ, ਤਾਂ ਹੁਣ ਇਹਦੇ ਕੰਪੋਨੈਂਟ ਗਿਵਨ ਨੇ ਓਪਰੇਟਿੰਗ ਸਰਪਲੱਸ ਦੇ। ਇੱਕ ਹੈਗਾ ਜੀ ਰੈਂਟ, ਤਾਂ ਰੈਂਟ ਦੀ ਵੈਲਿਊ ਕਿੰਨੀ ਆ, 200। ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਪ੍ਰੋਫਿਟ, ਪ੍ਰੋਫਿਟ ਦੀ ਵੈਲਿਊ ਕਿੰਨੀ ਆ, 300। ਇਹ ਵੀ ਆਪਾਂ ਨੂੰ ਦੇਤਾ ਸੀ, ਰੈਂਟ ਹੋ ਗਿਆ, ਪ੍ਰੋਫਿਟ ਹੋ ਗਿਆ, ਇੰਟਰਸਟ ਗਿਵਨ ਆ, ਇੰਟਰਸਟ ਕਿੰਨਾ ਹੋ ਗਿਆ ਜੀ 100, ਅਤੇ ਰਿਵਾਲਟੀ ਗਿਵਨ ਨਹੀਂ ਹੈਗੀ। ਤਾਂ ਮੇਨ ਚਾਰੋ ਕੋਲ ਤਿੰਨੋਂ ਕੰਪੋਨੈਂਟ ਆ ਗਿਆ ਆਪਣੇ, ਤਿੰਨੋਂ ਕੰਪੋਨੈਂਟ ਕੀ ਬਣ ਗਿਆ, ਓਪਰੇਟਿੰਗ ਸਰਪਲੱਸ ਬਣ ਗਿਆ। ਉਸ ਤੋਂ ਬਾਅਦ ਆ ਗਿਆ ਜੀ ਮਿਕਸਡ ਇਨਕਮ, ਆਪਾਂ ਨੂੰ ਨੂਮੈਰੀਕਲ ਦੇ ਵਿੱਚ ਕਿਤੇ ਗਿਵਨ ਨਹੀਂ ਹੈਗੀ। ਤਾਂ ਹੁਣ ਆਪਣੇ ਕੋਲ ਜਿਹੜੀ ਇਹ ਵੈਲਿਊ ਕਿੰਨੀ ਬਣ ਗਈ ਜੀ, 800 ਪਲੱਸ 200 ਕਿੰਨਾ ਹੋ ਗਿਆ 1000, 1000 ਦੇ ਵਿੱਚ 300 ਐਡ ਕੀਤਾ 1300, ਅਤੇ 1400 ਬਣ ਗਿਆ। 1400 ਆਪਣੇ ਕੋਲ ਕੀ ਆ ਗਈ, ਡੋਮੈਸਟਿਕ ਇਨਕਮ, ਜਿਸ ਨੂੰ ਆਪਾਂ ਕਹਿੰਦੇ ਹਾਂ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕੋਸਟ। ਹੁਣ ਆਪਾਂ ਨੇ ਕੈਲਕੂਲੇਟ ਕਰਨੀ ਆ ਨੈਸ਼ਨਲ ਇਨਕਮ, ਤਾਂ ਆਪਣੇ ਕੋਲ ਕੈਲਕੂਲੇਟ ਕੀ ਹੋ ਗਈ, ਡੋਮੈਸਟਿਕ ਇਨਕਮ। ਜਦੋਂ ਡੋਮੈਸਟਿਕ ਤੋਂ ਨੈਸ਼ਨਲ ਤੇ ਜਾਂਦੇ ਹਾਂ ਆਪਾਂ, ਤਾਂ ਐਡ ਕੀ ਕਰਦੇ ਹਾਂ, ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਡੋਮੈਸਟਿਕ ਇਨਕਮ ਆਪਣੇ ਕੋਲ 1400 ਪਲੱਸ, ਹੁਣ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਆਪਣੇ ਕੋਲ ਕੀ ਆ, ਮੈਨਸ ਦੇ ਵਿੱਚ ਕਿੰਨੀ ਆ ਜੀ, 20 ਆ। ਤਾਂ ਮਤਲਬ ਮੈਨਸ ਦੇ ਵਿੱਚ 20 ਆ, ਤਾਂ ਪਲੱਸ ਮੈਨਸ ਕੀ ਹੋਜੂਗਾ ਜੀ, ਮਾਈਨਸ ਹੋਜੂਗਾ, ਮਤਲਬ 1380 ਆਪਣੇ ਕੋਲ ਕੀ ਆਜੂਗਾ ਜੀ, ਇਹ ਆਨਸਰ ਆਜੂਗਾ। ਹੁਣ ਧਿਆਨ ਦੇਣਾ, ਦੇਖੋ ਇੱਥੇ ਆਪਾਂ ਨੂੰ ਨੈਟ ਐਕਸਪੋਰਟ ਵੀ ਨਹੀਂ ਗਿਵਨ ਨੇ, ਹੁਣ ਨੈਟ ਐਕਸਪੋਰਟ ਇਨਕਮ ਮੈਥਡ ਦਾ ਪਾਰਟ ਨਹੀਂ ਹੈਗਾ, ਠੀਕ ਆ ਜੀ। ਡੈਪਰੀਸ਼ੀਏਸ਼ਨ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਆਪਣੇ ਕੋਲ ਡੋਮੈਸਟਿਕ ਇਨਕਮ ਦੇ ਵਿੱਚ ਨੈਟ ਦੀ ਗੱਲ ਕੀਤੀ ਗਈ ਆ, ਅਤੇ ਨੈਸ਼ਨਲ ਇਨਕਮ ਦੇ ਵਿੱਚ ਵੀ ਆਪਾਂ ਨੈਟ ਦੀ ਗੱਲ ਕਰਦੇ ਹਾਂ, ਤਾਂ ਇੱਥੇ ਕਨਸੈਪਟ ਸੇਮ ਆ, ਡੈਪਰੀਸ਼ੀਏਸ਼ਨ ਕੰਸੀਡਰ ਨਹੀਂ ਹੋਣੀ ਹੈਗੀ। ਸਿਰਫ ਕੰਸੀਡਰ ਕੀ ਹੋਇਆ, ਡੋਮੈਸਟਿਕ ਤੋਂ ਨੈਸ਼ਨਲ ਕਨਸੈਪਟ ਕੰਸੀਡਰ ਹੋਇਆ, ਇੱਥੇ ਵੀ ਫੈਕਟਰ ਕੋਸਟ ਆ, ਉਰੇ ਵੀ ਫੈਕਟਰ ਕੋਸਟ ਆ। ਜੇ ਇੱਥੇ ਆਪਾਂ ਨੇ ਮੰਨ ਲਓ ਮਾਰਕੀਟ ਪ੍ਰਾਈਸ ਤੇ ਜਾਣਾ ਹੁੰਦਾ, ਤਾਂ ਇੱਥੇ ਸਬਸਿਡੀਜ਼ ਇਨਡਾਇਰੈਕਟ ਟੈਕਸ ਆਪਾਂ ਨੇ ਕੰਸੀਡਰ ਕਰਨੇ ਸੀ। ਤਾਂ ਉਮੀਦ ਕਰਦੇ ਹਾਂ ਵੀ ਜੋ ਅੱਜ ਆਪਾਂ ਨੇ ਕਨਸੈਪਟ ਕੀਤਾ, ਜੋ ਆਪਾਂ ਨੇ ਇਨਕਮ ਮੈਥਡ ਕਰਿਆ, ਉਮੀਦ ਕਰਦੇ ਹਾਂ ਜੀ ਕਲੀਅਰ ਹੋ ਗਿਆ ਹੋਣਾ। ਤਾਂ ਤੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਜੀ। ਥੈਂਕ ਯੂ।